ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੀਰ ਜੀ, ਟ੍ਰੀਟਮੈਂਟ ਕਰਾਉਂਦੇ ਹਾਂ ਮੈਰਿਜ ਵਾਲਾ। ਤਾਂ ਮੈਂ ਬਹੁਤ ਜ਼ਿਆਦਾ ਪੀਂਦਾ ਹੁੰਦਾ ਸਾਂ, ਰਾਤ ਨੀਂਦ ਨਹੀਂ ਸੀ ਆਉਂਦੀ, ਰੋਜ਼ ਜੁਆਇੰਟ 2 ਵਜੇ ਰਾਤ ਨੂੰ ਜਾਂ ਫਿਰ ਜਾ ਕੇ ਨੀਂਦ ਆਉਂਦੀ ਹੁੰਦੀ ਸੀ। ਅਤੇ ਜਦੋਂ ਦਾ ਡਾਕਟਰ ਸਾਹਿਬ ਨੇ ਇਲਾਜ ਕਰਾਇਆ, ਟ੍ਰੀਟਮੈਂਟ ਚੱਲਦਾ ਵਧੀਆ, ਹੁਣ ਨੋਰਮਲ ਸਭ ਨੀਂਦ ਆਉਂਦੀ ਆ। ਲੱਗ ਗਿਆ ਯਾਰਾਂ ਦੋਸਤਾਂ, ਜੇ ਤੁਹਾਨੂੰ ਪਤਾ ਹੀ ਯਾਰਾਂ ਦੋਸਤਾਂ ਬਹਿ ਨਹੀਂ ਉੱਠਣੀ ਇਹਦੇ ਵਿੱਚ, ਜਿੱਦਾਂ ਅੱਜ ਕੱਲ੍ਹ ਮਾਹੌਲ ਆ ਆਪਣੇ ਪੰਜਾਬ ਦਾ। ਲਗਾਤਾਰ 2 ਸਾਲ ਹੋ ਗਏ ਪੀਂਦੇ ਨੂੰ, ਅਤੇ ਹੁਣ ਡਿਸੀਜ਼ਨ ਲਿਆ ਕਿ ਹੁਣ ਪੀਣੀ ਹੀ ਨਹੀਂ, ਬਸ ਕੰਮ ਖਤਮ, ਜਿੰਨਾ ਚਿਰ ਪੀ ਲਿਆ ਪੀ ਲਿਆ। ਸਟਾਫ ਤਾਂ ਐਂ ਪੂਰਾ ਸਹਿਯੋਗ ਦਿੱਤਾ, ਜੇ ਤਾਂ ਫੈਮਲੀ ਜੈਸੇ ਫੈਮਲੀ ਨਹੀਂ ਹੁੰਦੀ ਆਪਣੀ, ਉਸ ਤਰ੍ਹਾਂ ਬਿਲਕੁਲ ਟ੍ਰੀਟ ਕੀਤਾ। ਡਾਕਟਰ ਸਾਹਿਬ ਤੁਹਾਡੇ ਸਾਹਮਣੇ ਹੀ ਆ, ਇਕੱਲੀ ਇਕੱਲੀ ਗੱਲ ਇਹਨਾਂ ਨੂੰ ਸਮਝਾਈ ਆ, ਇਕੱਲੀ ਇਕੱਲੀ ਗੱਲ ਦੱਸੀ ਇਹਨਾਂ ਨੂੰ, ਆਹ ਡਾਕਟਰ ਸਾਹਿਬ ਜੀ ਆਪਣੇ ਇਹਨਾਂ ਨੇ ਪੂਰਾ ਪੂਰਾ ਮੋਟੀਵੇਟ ਕੀਤਾ ਕਿ ਹਾਂ ਵੀ ਬੇਟਾ ਤੂੰ ਜ਼ਿੰਦਗੀ ਜੀਣੀ ਆ, ਅਗਾਂਹ ਅੱਗੇ ਆਪਣਾ ਫਿਊਚਰ ਵੇਖ, ਤੇਰੀ ਬੇਟੀ ਆ ਤੇਰਾ, ਹੁਣ ਤਾਂ ਹੁਣ ਤਾਂ ਹੁਣ ਤਾਂ ਤੇਰਾ ਹੀ ਆ, ਤੂੰ ਅਗਾਂਹ ਕੀ ਕਰੇਗਾ, ਤੂੰ ਆਪਦੀ ਬਰਬਾਦੀ ਤਾਂ ਕਰਨ ਦਿਆ ਵਾ, ਗਾਂ ਆਪਣੇ ਟੱਬਰ ਦੀ ਬਰਬਾਦੀ ਨਾ ਕਰ। ਮੈਂ ਤਾਂ ਚਾਹਾਂਗਾ ਵੀਰ ਭਰਾਵਾਂ, ਛੱਡੋ ਨਸ਼ੇ ਪੱਤੇ ਅਤੇ ਬਸ ਆਪਣੀ ਫੈਮਿਲੀ ਵੱਲ ਧਿਆਨ ਦਿਓ। ਨਸ਼ੇ ਪੱਤਿਆਂ ਵਿੱਚ ਕੁਛ ਨਹੀਂ ਰੱਖਿਆ, ਜਿਹੜਾ ਆਪਣਾ ਜਿਹੜਾ ਪੰਜਾਬ ਡੁੱਬਿਆ ਹੋਇਆ, ਜਿਹਨੂੰ ਸੋਨੇ ਦੀ ਚਿੜੀ ਕਹਿੰਦੇ ਸੀ, ਉਹਨੂੰ ਫਿਰ ਆਪਾਂ ਮੁੜ ਉਸ ਥਾਂ 'ਤੇ ਲਿਆਉਣਾ, ਸੋਨੇ ਦੀ ਚਿੜੀ।